ਹਾਂਜੀ ਸਤਿ ਸ਼੍ਰੀ ਅਕਾਲ ਜੀ, JDSPB02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ। ਮੈਂ ਤੁਹਾਡਾ ਆਪਣਾ ਜਸਦੀਪ ਅਮ੍ਰਿਤਸਰੀਆ। ਲਓ ਵੀਰ ਜੀ, ਅੱਜ ਜਿੱਦਾਂ ਕਿ ਪਿੰਡ ਸੁਲਤਾਨਵਿੰਡ ਜੇਠ ਦੇ ਪਹਿਲੇ ਐਤਵਾਰ ਸ਼ੀਲਡ ਉੱਡਣ ਜਾ ਰਹੀ ਹੈ ਜੀ, ਠੀਕ ਹੈ ਜੀ। ਅੱਜ ਹਰਮਨਵੀਰ ਦੀ ਛੱਤ 'ਤੇ ਆਏ ਹਾਂ ਜੀ। ਹਰਮਨਵੀਰ ਮੇਰਾ ਗੁਰ ਭਾਈ, ਬਾਈਵਾ ਗਰੁੱਪ ਤੋਂ ਮੈਂਬਰ ਜੋ, ਠੀਕ ਹੈ ਜੀ। ਅਤੇ ਵੀਰ ਦੇ ਕਬੂਤਰਾਂ ਦਾ ਵੀ ਸ਼ੌਂਕ ਕਰਾਉਂਦੇ ਹਾਂ ਅਤੇ ਝੰਡੀ ਮਾਰਦੇ ਵੀ ਵਿਖਾਉਂਦੇ ਹਾਂ ਵੀਰ, ਅਤੇ ਨਾਲ ਆਪਣੇ ਜਿਹੜੇ ਜਿਹੜੇ ਵੀਰ ਨੇ ਉਹ ਵੀ ਵਿਖਾਉਂਦੇ ਆ। ਮੋਹਿਤ ਬੈਠਾ ਆ ਆਪਣੇ ਨਾਲ, ਠੀਕ ਹੈ ਜੀ। ਇਹ ਗੁਰਪ੍ਰੀਤ ਵੀਰ ਆਏ ਨੇ ਮੁਸਤਫ, ਹਾਂਜੀ ਸਤਿ ਸ਼੍ਰੀ ਅਕਾਲ ਸਾਜੀ ਪੈਰੀ ਪੈਂਦੇ ਆ ਜੀ। ਇਹ ਆਪਣੇ ਸਤਾਰ ਜੀ ਅਤੇ ਇਹ ਹਰਮਨਵੀਰ ਦੀ ਛੱਤ। ਹਾਂਜੀ ਹਰਮਨਵੀਰ, ਇਹ ਕੀ ਹਾਲ ਚਾਲ ਆ ਹਰਮਨਵੀਰੇ? ਅੱਜ ਕਿੰਨੀਆਂ ਛੱਤਾਂ ਉੱਡਦੀਆਂ ਪਈਆਂ ਆਪਣੇ ਟੂਰਨਾਮੈਂਟ 'ਚ? ਅਤੇ ਐਂਟਰੀ ਫੀਸ ਕਿੰਨੀ ਆ ਵੀਰੇ? 1200 ਰੁਪਈਆ। ਹਾਂਜੀ ਸਤਾਰ ਜੀ, ਹੋਰ ਵੀਰ ਜੀ ਠੀਕ ਠਾਕ? ਕਿਹੜੀ ਛੱਤ ਤੋਂ ਆਏ ਵੀਰ ਜੀ? ਬਿੱਟੂ ਉਸਤਾਦ ਜੀ ਦੇ ਕੋਠੇ ਤੋਂ ਆਏ ਨੇ, ਠੀਕ ਹੈ। ਮੁਸਤਫ ਸਾਡੇ ਕੋਲ ਪਹੁੰਚ ਗਏ ਨੇ ਅਤੇ ਬਾਕੀ ਝੰਡੀ ਦੀ ਵੀਡੀਓ ਲਾਉਂਦੇ ਹਾਂ, ਜੁੜੇ ਰਹੋ ਆਪਣੇ ਚੈਨਲ 'ਤੇ। ਹਾਂਜੀ ਲਓ ਜੀ ਹਰਮਨਵੀਰ ਦੀ ਛੱਤ, ਠੀਕ ਹੈ ਜੀ। ਉਸਤਾਦ ਆਸ਼ੂ ਜੀ ਸੁਲਤਾਨਵਿੰਡ ਪਿੰਡ ਤੋਂ ਅਤੇ ਮੁਸਾ ਵੀਰ, ਠੀਕ ਹੈ ਜੀ। ਬਾਹਰ ਕੱਢਦੇ ਨੇ ਪਰਿੰਦੇ, ਠੀਕ ਹੈ। ਹਰਮਨਵੀਰ ਆਪਣਾ, ਹਰਮਨਵੀਰ ਦੇ ਆ ਪਰਿੰਦੇ ਜੀ, ਠੀਕ ਹੈ ਜੀ। ਹਲੋ ਜੀ, ਹਾਂ ਥੋੜ੍ਹਾ ਫੜ ਕੇ ਉਹਨੂੰ ਹਰਮਨਵੀਰ ਦੀ ਛੱਤ ਤੇ, ਠੀਕ ਹੈ ਜੀ। ਝੰਡੀ ਦੇ ਤੀ ਏ ਹਰਮਨਵੀਰ ਨੇ, ਠੀਕ ਹੈ ਜੀ। ਹਰਮਨਵੀਰ ਨੇ ਝੰਡੀ ਦੇ ਤੀ ਏ, ਚੜ ਜਾ ਛੇਤੀ ਤੇ ਪਰਿੰਦੇ ਉੱਡ ਗਏ ਜੀ, ਠੀਕ ਹੈ ਜੀ। ਮੁਸਾ ਵੀਰ ਤੇ ਹਰਮਨਵੀਰ ਆਪਣਾ ਝੰਡੀ ਦੇ ਰਿਹਾ। ਇੱਧਰ ਗੋਰੀ ਵੀਰ ਨੇ ਵੀ ਝੰਡੀ ਦੇ, ਇੱਧਰ ਗੋਰੀ ਵੀਰ ਨੇ ਵੀ ਝੰਡੀ ਦੇ ਤੀ ਏ, ਠੀਕ ਹੈ ਜੀ। ਆਹ ਤਿੰਨ ਛੱਤਾਂ ਲਾਗੇ ਲਾਗੇ ਪਰੇ ਝੰਡੀ ਦੇ ਤੀ ਏ ਵੀਰ ਹੋਣਾ ਨੇ ਪਰਲੀ ਛੱਤ ਤੇ, ਠੀਕ ਹੈ ਜੀ। ਤਿੰਨ ਛੱਤਾਂ ਆਈਆਂ ਵੀਰ ਦੇ ਲਾਗੇ ਲਾਗੇ ਅਤੇ ਤਿੰਨੇ ਛੱਤਾਂ ਦੇ ਝੰਡੀ ਦੇ ਤੀ ਏ, ਠੀਕ ਹੈ ਜੀ। ਅਗਲੀ ਵੀਡੀਓ ਜਲਦ ਮਿਲਦੇ ਹਾਂ, ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।